ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਗੱਠਜੋੜ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਨੇ ਅਤੇ ਇਹਨਾਂ ਖਬਰਾਂ ਦੇ ਦੌਰਾਨ ਚਰਚਾਵਾਂ ਛਿੜ ਜਾਂਦੀਆਂ ਨੇ ਗੱਠਜੋੜ ਹੋਵੇਗਾ ਜਾਂ ਨਹੀਂ ਹੋਵੇਗਾ। ਪਰ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰ ਨੇ ਜਿਹੜੇ ਇਹੋ ਜਿਹਾ ਕਈ ਵਾਰ ਬਿਆਨ ਵੀ ਦੇ ਦਿੰਦੇ ਨੇ ਕਿ ਸ਼ਾਇਦ ਕੋਈ ਉਮੀਦ ਜਾਗ ਗਈ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦੇ ਗੱਠਜੋੜ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਨੇ ਅਤੇ ਇਹਨਾਂ ਖਬਰਾਂ ਦੇ ਦੌਰਾਨ ਚਰਚਾਵਾਂ ਛਿੜ ਜਾਂਦੀਆਂ ਨੇ ਕਿ ਗੱਠਜੋੜ ਹੋਵੇਗਾ ਜਾਂ ਨਹੀਂ ਹੋਵੇਗਾ। ਪਰ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰ ਨੇ ਜਿਹੜੇ ਇਹੋ ਜਿਹਾ ਕਈ ਵਾਰ ਬਿਆਨ ਵੀ ਦੇ ਦਿੰਦੇ ਨੇ ਕਿ ਸ਼ਾਇਦ ਕੋਈ ਉਮੀਦ ਜਾਗ ਗਈ ਹੈ, ਅਤੇ ਬੀਜੇਪੀ ਦੇ ਲੀਡਰ ਹਰ ਵਾਰ ਕਿਨਾਰਾ ਹੀ ਕਰਦੇ ਨੇ ਕਿ ਸਾਡਾ ਕੋਈ ਗੱਠਜੋੜ ਨਹੀਂ। ਅਤੇ ਹੁਣ ਸੁਖਬੀਰ ਸਿੰਘ ਬਾਦਲ ਨੇ ਵੀ ਇਹਨਾਂ ਚਰਚਾਵਾਂ ਦੇ ਉੱਤੇ ਰੋਕ ਲਗਾ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਸਾਡਾ ਕੋਈ ਗੱਠਜੋੜ ਨਹੀਂ ਹੋਣ ਜਾ ਰਿਹਾ, ਸਾਡਾ ਬਸਪਾ ਦੇ ਨਾਲ ਗੱਠਜੋੜ ਹੈ ਅਤੇ ਅਸੀਂ ਅਗਲੀ ਜਿਹੜੀ ਤਿਆਰੀ ਆਪਣੀ ਕਰ ਰਹੇ ਹਾਂ ਅਤੇ ਇਹ ਸਾਰਾ ਜਿਹੜਾ ਮੁੱਦਾ ਹੈ ਇਹ ਮੀਡੀਆ ਨੇ ਬਣਾਇਆ ਹੋਇਆ ਮੁੱਦਾ ਹੈ। ਦੇਖੋ, ਜਿਹੜਾ ਸਿਆਸੀ ਆਗੂ ਹੁੰਦੇ ਆ ਨਾ, ਉਹਨੇ ਮੌਕੇ ਮੌਕੇ 'ਤੇ ਜਾ ਕੇ ਗਿਰਗਿਟ ਵਾਂਗੂ ਰੰਗ ਬਦਲ ਲੈਣੇ ਹੁੰਦੇ ਨੇ। ਤੁਸੀਂ ਕਹਿ ਰਹੇ ਹੋ ਕਿ ਸਾਡਾ ਬਹੁਜਨ ਸਮਾਜ ਪਾਰਟੀ ਨਾਲ ਬੜਾ ਨਪਾਕ ਗੱਠਜੋੜ ਹੈ ਅਤੇ ਪਿੱਛੇ ਫਿਰ ਸੁਰਜੀਤ ਸਿੰਘ ਗੜੀ ਨੂੰ ਨਾ ਸੋਰੀ ਮਾਫ ਕਰਨਾ ਜਸਵੀਰ ਸਿੰਘ ਗੜੀ ਜਿਹੜੇ ਪ੍ਰਧਾਨ ਨੇ ਸੂਬੇ ਦੇ, ਉਹਨਾਂ ਨੂੰ ਕੀ ਲੋੜ ਪੈ ਗਈ ਸੀ ਜੀ ਇਹ ਕਹਿਣ ਦੀ ਕਿ ਸਾਡੀ ਤਾਂ ਆਪਸ ਵਿੱਚ ਮੀਟਿੰਗ ਹੀ ਨਹੀਂ ਹੁੰਦੀ, ਸਾਡਾ ਤਾਂ ਮੇਲ ਮਿਲਾਪ ਹੀ ਨਹੀਂ ਹੁੰਦਾ, ਸਾਡਾ ਤਾਂ ਆਹ ਨਹੀਂ ਹੁੰਦਾ ਉਹ ਨਹੀਂ ਹੁੰਦਾ। ਅਤੇ 96 ਦਾ ਯਾਦ ਕਰ ਲਓ, ਤੁਸੀਂ ਉਦੋਂ ਸਭ ਤੋਂ ਵੱਧ ਸੀਟਾਂ ਜਿੱਤੀਆਂ ਸੀ, ਇਕੱਠਿਆਂ ਨੇ ਰਲ ਕੇ ਜਿੱਤੀਆਂ ਸੀ ਅਤੇ ਅੱਜ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਸਾਡਾ ਤਾਂ ਬੀਜੇਪੀ ਨਾਲ ਕੋਈ ਸਾਂਝ ਹੀ ਨਹੀਂ। ਆਪਾਂ ਇੱਕ ਗੱਲ ਭੁੱਲ ਗਏ ਕਿ 27 ਤਰੀਕ ਤੱਕ ਧਰਮਿੰਦਰ ਜੀ ਰਾਜੂ ਆਣੇ ਹੋਰਾਂ ਦਾ ਵੀ ਅਲਟੀਮੇਟਮ ਸੀ। ਹੁਣ ਉਹਨਾਂ ਨੂੰ ਕਹਿਤਾ ਕਿ ਚਰਚਾ ਇਹ ਹੁੰਦੀ ਆ ਕਿ ਆਪਾਂ ਬੀਜੇਪੀ ਪ੍ਰਤੀ ਨਰਮ ਰੱਖਣਾ ਰਵੱਈਆ, ਉੱਥੇ ਸਖ਼ਤ ਨਹੀਂ ਕਰਨਾ। ਇਹ ਵੀ ਮਾਮਲਾ ਬਾਰ ਬਾਰ ਇੱਥੇ ਆ ਰਿਹਾ। ਸੋ ਮੈਂ ਮਹਿਸੂਸ ਕਰਦਾ ਕਿ ਸੁਖਬੀਰ ਸਿੰਘ ਬਾਦਲ ਕੱਲ੍ਹ ਸੰਗਰੂਰ ਦੇ ਵਿੱਚ ਇੱਕ ਵਿਆਹ ਸਮਾਗਮ 'ਚ ਸੀ, ਵਿਆਹ ਸਮਾਗਮ ਦੇ ਵਿੱਚ ਕੁਝ ਪੱਤਰਕਾਰ ਮਿਲ ਕੇ, ਅਤੇ ਜਦੋਂ ਕੋਈ ਸਿਆਸੀ ਆਗੂ ਜਾਵੇ ਆਪਾਂ ਸਮਝਦੇ ਹਾਂ ਕਿ ਉਹ ਸਿਆਸੀ ਆਗੂ ਤੋਂ ਪੁੱਛਿਆ ਤਾਂ ਜਾਂਦਾ ਹੀ ਹੈ ਜੀ। ਸੋ ਉਹਨਾਂ ਨੇ ਹੱਸ ਕੇ ਜੇ ਗੱਲ ਟਾਲਤੀ ਕਿ ਯਾਰ ਤੁਹਾਡੀ ਮੀਡੀਆ ਦੀ ਪੈਦਾਇਸ਼ ਹੈ ਸਾਰਾ ਕੁਛ, ਸਾਡੀ ਤਾਂ ਹੈ ਨਹੀਂ, ਭਲਾ ਮੀਡੀਆ ਨੂੰ ਕੀ ਪਿਆ। ਸੋ ਜਿੱਥੇ ਆਗੂ ਫਸਦੇ ਹੋਣ, ਪਹਿਲਾਂ ਵੀ ਇਹੀ ਗੱਲ ਹੁੰਦਾ ਸੀ, ਜਦੋਂ ਤੋਂ ਬਿਜਲਈ ਮੀਡੀਆ ਆਇਆ ਕਈ ਚੀਜ਼ਾਂ 'ਚ ਫਰਕ ਪੈ ਗਿਆ। ਪਹਿਲਾਂ ਇਹ ਆਮ ਤੌਰ 'ਤੇ ਕਹਿ ਦਿੰਦੇ ਸੀ ਮੇਰਾ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ ਹੈ, ਅਤੇ ਹੁਣ ਤਾਂ ਕੈਮਰੇ 'ਤੇ ਹੈ, ਉਹ ਸਾਰਾ ਕੁਛ ਰਿਕਾਰਡ ਹੈ। ਹੁਣ ਘੱਟੋ ਘੱਟ ਮੀਡੀਆ 'ਤੇ ਆਹ ਇਲਜ਼ਾਮ ਨਹੀਂ ਲੱਗਦਾ ਕਿ ਮੇਰਾ ਬਿਆਨ ਤੋੜ ਮਰੋੜ ਕੇ ਪੇਸ਼ ਕੀਤਾ ਹੈ। ਫਿਰ ਹੁਣ ਕੀ ਕਹਿਣਗੇ, ਮੇਰੇ ਕਹਿਣ ਦਾ ਮਤਲਬ ਇਹ ਨਹੀਂ ਸੀਗਾ। ਦੱਸ ਭਾਈ, ਜਿਹੜੀ ਸਾਨੂੰ ਸਮਝ ਨਹੀਂ ਆਉਂਦੀ ਤੇਰੀ ਭਾਸ਼ਾ ਕੋਈ ਹੋਰ ਹੈ ਜੀ। ਸੋ ਇੱਥੇ ਬਹੁਤ ਕੁਝ ਹੈ, ਤੁਸੀਂ ਪੁਰਾਣੀ ਗੱਲ 'ਤੇ ਜਾਓ, ਜਦੋਂ ਸਾਕਾ ਨੀਲਾ ਤਾਰਾ ਸੀ 6 ਜੂਨ ਤੱਕ ਕਾਂਗਰਸ ਦੇ ਬੁਲਾਰੇ ਇਹ ਕਹਿੰਦੇ ਰਹੇ ਕਿ ਬੀਬੀ ਇੰਦਰਾ ਗਾਂਧੀ ਦਾ ਦਰਬਾਰ ਸਾਹਿਬ 'ਤੇ ਟੈਂਕ ਫੌਜਾਂ ਚੜ੍ਹਾਉਣ ਦਾ ਕੋਈ ਨਹੀਂ, ਜਦੋਂ ਕਿ ਸਾਰਾ ਕੁਛ ਹੋ ਚੁੱਕਿਆ ਸੀ। ਸੋ ਜਿਹੜੇ ਇਰਾਸੀ ਆਗੂ ਆ ਨਾ, ਇਹ ਪੈਰ ਪੈਰ 'ਤੇ ਰੰਗ ਬਦਲ ਜਾਂਦੇ ਹੈ ਅਤੇ ਬਹੁਤ ਕੁਝ ਇਹਨਾਂ ਦੇ ਵਿੱਚ ਹੈ। ਪਰ ਉਹਨਾਂ ਨੇ ਕਹਿ ਤਾ ਕਿ ਸਾਡਾ ਤਾਂ ਜੀ ਬਹੁਜਨ ਸਮਾਜ ਪਾਰਟੀ ਨਾਲ ਹੀ
ਹੈਗਾ। ਚਲੋ ਬਹੁਜਨ ਸਮਾਜ ਪਾਰਟੀ ਨਾਲ ਤਾਂ ਹੈਗਾ, 96 'ਚ ਕਿਹੜਾ ਬਸਪਾ ਭੱਜੀ ਸੀ, ਤੁਸੀਂ ਭੱਜੇ ਸੀ, ਕਹਿੰਦੇ ਟਿਕਟਾਂ ਦੀ ਵੰਡ ਅਸੀਂ ਸੀਟਾਂ ਦੀ ਅਗਲੇ ਦਿਨਾਂ ਦੇ ਵਿੱਚ ਬੈਠ ਕੇ ਕਰ ਲਵਾਂਗੇ। ਬਹੁਜਨ ਸਮਾਜ ਪਾਰਟੀ ਨੂੰ ਕਿੰਨੀਆਂ ਸੀਟਾਂ ਛੱਡਣੀਆਂ? ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ।